ਚੰਡੀਗੜ੍ਹ ਮਨਾਲੀ ਕੌਮੀ ਮਾਰਗ ਤੇ ਰੋਪੜ ਵਿਖੇ ਨਿਰੰਕਾਰੀ ਭਵਨ ਦੇ ਬਾਹਰ ਖੜੀ ਇੰਡੀਕਾ ਕਾਰ ਦੇ ਵਿੱਚੋਂ ਸਾਬਕਾ ਫੌਜੀ ਹਰਪ੍ਰੀਤ ਸਿੰਘ ਦੀ ਲਾਸ਼ ਮਿਲੀ ਹੈ। ਸਾਬਕਾ ਫੌਜੀ ਰੋਪੜ ਦੇ ਜਗਜੀਤ ਨਗਰ ਦਾ ਵਾਸੀ ਦੱਸਿਆ ਜਾ ਰਿਹਾ ਤੇ ਪੁਲਿਸ ਨੇ ਮੌਕੇ ਤੇ ਪੁੱਜ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਬਾਡੀ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਕਾਰ ਚੋਂ ਇੰਜ ਸਾਬਕਾ ਫੌਜੀ ਦੀ ਲਾਸ਼ ਮਿਲੀ ਹੈ ਉਸ ਤੋਂ ਬਾਅਦ ਕਈ ਸ਼ੰਕੇ ਜ਼ਰੂਰ ਖੜੇ ਹੋ ਰਹੇ ਨੇ। ਸਵੇਰੇ ਆਈ ਸੀ ਇੰਡਗਾ ਗੱਡੀ ਦੇ ਵਿੱਚ ਇੱਕ ਡੈੱਡ ਬੋਡੀ ਆ ਜਿਹੜੀ ਲੋਕਲ ਇੰਡਗਾ PV12 ਵਾਰਡ 86 ਨੰਬਰ ਆ ਲੋਕਲ ਜਗਜੀਤ ਨਗਰ ਦੀ ਆ ਉਹਦੇ 'ਚ ਇੱਕ ਡੈੱਡ ਬੋਡੀ ਪਈ ਸੀ। ਹੁਣ ਅਸੀਂ ਉਹ ਪੋਸਟਮਾਰਟਮ ਲਈ ਹਸਪਤਾਲ ਭੇਜੀ ਹੈ ਇੱਥੇ DSP ਡੀ ਸਾਹਿਬ ਦੇ SHO ਸਿਟੀ ਅਜੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਗੋਇੰਗ ਆਉਣ ਉਹ ਤੋਂ ਬਾਅਦ ਹੀ ਕਲੀਅਰ ਕਰਾਂਗੇ ਕੀ ਹੈ। ਮੁੱਢਲੀ ਜਾਣਕਾਰੀ ਦਾ ਜਿਹੜਾ ਡੈੱਡ ਬੋਡੀ ਹੈ ਡੈੱਡ ਬੋਡੀ 'ਤੇ ਅਜੇ ਕੋਈ ਇੰਜਰੀ ਵੀ ਸਾਨੂੰ ਕੋਈ ਦਿਖੀ ਨਹੀਂ ਹੈ ਥਾਰੋਲੀ ਚੈੱਕ ਕਰਕੇ ਤੁਹਾਨੂੰ ਉਹ ਤੋਂ ਬਾਅਦ 'ਚੋਂ ਦੱਸ ਸਕਦੇ ਹਾਂ। ਸਰ ਕਿਹੜੇ ਹਾਲਾਤਾਂ 'ਚ ਹਲਾਤ ਇਹ ਸਸਪੈਕਟਡ ਹਲਾਤ ਆ ਤੁਹਾਡੇ ਲੋਕਲ ਨੰਬਰ ਹੈ PV12 ਜਗਜੀਤ ਨਗਰ ਰੋਪੜ ਦੀ ਹੋਈ ਹਾਂਜੀ 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 ਪਰਿਵਾਰ ਨਾਲ ਵੀ ਰਾਬਤਾ ਕਰ ਰਹੇ ਹਾਂ ਇਹ ਅਜੇ ਬੇਸਿਕਲੀ ਆਊਟਲੁੱਕ ਤੋਂ ਸਿਕਿਉਰਿਟੀ ਗਾਰਡ ਵਗੈਰਾ ਲੱਗ ਰਿਹਾ ਜਿਹੜੀ ਉਹਦੀ ਪੈਂਟ ਸੀ ਜਿਹੜੀ ਉਹਦੀ ਬਾਈਕ ਉਮਰ ਕਿੰਨੀ ਕੁ ਲੱਗਦੀ ਹੈ ਜੀ ਉਮਰ 36 ਸਾਲ ਤੱਕ।